ਹੈਲੋ ਮਾਈ ਡੀਅਰ ਫਰੈਂਡਸ, ਅੱਜ ਮੈਂ ਤੁਹਾਨੂੰ ਕਰਵਾਉਣ ਲੱਗੀ ਹਾਂ 27 April 2024 ਨੂੰ ਜਿਹੜਾ ਈਵਨਿੰਗ ਸਲੋਟ ਦੇ ਵਿੱਚ ਰਾਈਟਿੰਗ ਟਾਸਕ 2 ਆਇਆ ਸੀ। ਟਾਸਕ 2 ਦੀ ਸਟੇਟਮੈਂਟ ਇਹ ਸੀ ਕਿ ਇਨਕਰੀਜ਼ਿੰਗ ਨੰਬਰ ਆਫ ਪੀਪਲ ਆਰ ਚੂਜ਼ਿੰਗ ਟੂ ਹੈਵ ਕੋਸਮੈਟਿਕ ਸਰਜਰੀ ਇਨ ਆਰਡਰ ਟੂ ਇੰਪਰੂਵ ਦੇਅਰ ਅਪੀਅਰੈਂਸ। ਵਾਈ ਆਰ ਮੋਰ ਪੀਪਲ ਚੂਜ਼ਿੰਗ ਟੂ ਹੈਵ ਓਪਰੇਸ਼ਨ ਟੂ ਚੇਂਜ ਦਾ ਵੇ ਦੇ ਲੁੱਕ? ਡੂ ਯੂ ਥਿੰਕ ਦਿਸ ਇਜ਼ ਅ ਪੋਜ਼ਿਟਿਵ ਔਰ ਨੈਗੇਟਿਵ ਡਿਵੈਲਪਮੈਂਟ? ਗਾਈਜ਼, ਟੋਪਿਕ ਇਹ ਆਇਆ ਸੀ ਕਿ ਬਹੁਤ ਸਾਰੇ ਲੋਕ ਨਾ ਕੋਸਮੈਟਿਕ ਸਰਜਰੀ ਦਾ ਯੂਜ਼ ਕਰਦੇ ਹੈ ਆਪਣੀ ਉਹ ਅਪੀਅਰੈਂਸ ਨੂੰ ਇੰਪਰੂਵ ਕਰ ਸਕਣ, ਠੀਕ ਹੈ, ਮਤਲਬ ਚੇਂਜ ਕਰ ਸਕਣ। ਦੈਟਸ ਵਾਈ ਉਹ ਓਪਰੇਸ਼ਨ ਵਗੈਰਾ ਕਰਵਾਉਂਦੇ ਹੈ। ਤੁਹਾਨੂੰ ਕੀ ਲੱਗਦਾ ਵਾ, ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਜਾਂ ਨੈਗੇਟਿਵ? ਇਨ ਦਾ ਮੋਡਰਨ ਟਾਈਮ ਪੀਰੀਅਡ ਪਲਾਸਟਿਕ ਜਿਹੜੀ ਸਰਜਰੀ ਹੈਗੀ ਹੈ ਉਹ ਤਾਂ ਇੱਕ ਟ੍ਰੈਂਡ ਬਣ ਚੁੱਕੀ ਹੈ, ਈਵਨ ਕਿ ਫੈਸ਼ਨ ਬਣ ਚੁੱਕੀ ਹੈ। ਕੋਸਮੈਟਿਕ ਸਰਜਰੀ ਇਜ਼ ਲਾਈਕਡ ਬਾਏ, ਮੈਂ ਇੱਥੇ ਪੈਸਿਵ ਬਣਾਇਆ ਵੈ, ਕੋਸਮੈਟਿਕ ਸਰਜਰੀ ਪਸੰਦ ਕੀਤੀ ਜਾਂਦੀ ਹੈ ਹਰ ਕਿਸੇ ਦੇ ਦੁਆਰਾ, ਮਤਲਬ ਅਕਟੋਰੀ ਆਫ ਮਾਸਿਸ ਮਤਲਬ ਬਹੁਤ ਸਾਰੇ ਲੋਕ, ਜਿਹਨੂੰ ਤੁਸੀਂ ਕਹਿ ਦਿੰਦੇ ਹੋ ਮੈਨੀ ਪੀਪਲ, ਠੀਕ ਹੈ, ਉਹਦਾ ਸਿਨੇਨਮ ਹੈ। ਟੂ ਇਨਹਾਂਸ ਦੇਅਰ ਲੁੱਕ ਆਈ ਕੰਸੀਡਰ, ਮੈਂ ਤਾਂ ਇਹ ਕੰਸੀਡਰ ਕਰਦਾ ਵਾਂ ਦੈਟ ਦੇਰ ਆਰ ਮੈਨੀ ਰੀਜ਼ਨਸ, ਕਿ ਬਹੁਤ ਸਾਰੇ ਕਾਰਨ ਹੈ ਪੀਪਲ ਟੇਕ ਡਿਸੀਜ਼ਨ, ਕਿ ਲੋਕ ਇਸਦਾ ਡਿਸੀਜ਼ਨ ਲੈਂਦੇ ਹੈ ਐਲਟਰ ਮਤਲਬ ਚੇਂਜ, ਆਪਣੀ ਅਪੀਅਰੈਂਸ ਨੂੰ ਚੇਂਜ ਕਰਵਾਉਣ ਦਾ ਬਾਏ ਸਰਜਰੀ। ਐਂਡ ਇਟ ਹੈਜ਼ ਡਿਲੀਟਰੀਅਸ ਇੰਪੈਕਟ, ਜਿੱਥੇ ਤੁਸੀਂ ਲਿਖਦੇ ਹੋ ਨਾ ਵਰਸਟ ਇੰਪੈਕਟ, ਉੱਥੇ ਤੁਸੀਂ ਲਿਖ ਸਕਦੇ ਹੋ ਡਿਲੀਟਰੀਅਸ ਇੰਪੈਕਟ, ਮਤਲਬ ਮਾੜੇ ਪ੍ਰਭਾਵ ਪੈਂਦੇ ਹੈ। ਇਟ ਮੀਨਸ ਇਹ ਨੈਗੇਟਿਵ ਸਟੇਟਮੈਂਟ ਹੈ, ਨੋਟ ਓਨਲੀ ਦੇਅਰ ਬੋਡੀ ਬਟ ਆਲਸੋ ਫਾਈਨੈਂਸ਼ੀਅਲ। ਲਿਸਨ ਟੂ ਮੀ ਕੇਅਰਫੁਲੀ, ਹੈਜ਼ ਬਿਕਮ ਟ੍ਰੈਂਡ ਪ੍ਰੈਜੈਂਟ ਪਰਫੈਕਟ ਟੈਂਸ ਯੂਜ਼ ਕਰ ਦਿੱਤਾ ਸਟਾਰਟਿੰਗ ਦੇ ਵਿੱਚ, ਫਿਰ ਪੈਸਿਵ ਯੂਜ਼ ਕਰ ਦਿੱਤਾ, ਨਾਲ ਹੀ ਅਕਟੋਰੀ ਆਫ ਮਾਸਿਸ ਵੋਕੈਬਲਰੀ ਦਾ ਟੇਸਟ ਪਾ ਦਿੱਤਾ, ਦੋ ਸਟਰਕਚਰ ਯੂਜ਼ ਕਰ ਦਿੱਤੇ, ਤੀਸਰਾ ਆਪਾਂ ਕਰ ਦਿੱਤਾ ਡਿਲੀਟਰੀਅਸ ਇੰਪੈਕਟ ਵੋਕੈਬਲਰੀ ਫਿਰ ਐਡ ਕਰ ਦਿੱਤੀ, ਨੋਟ ਓਨਲੀ ਬਟ ਆਲਸੋ ਦਾ ਆਪਾਂ ਫਿਰ ਤੀਸਰਾ ਸਟਰਕਚਰ ਯੂਜ਼ ਕਰ ਦਿੱਤਾ। ਅਤੇ ਇਸੇ ਤਰ੍ਹਾਂ ਦੀ ਇਹ ਰਾਈਟਿੰਗ ਐਗਜ਼ਾਮੀਨਰ ਨੂੰ ਬਹੁਤ ਅੱਛੀਆਂ ਲੱਗਦੀਆਂ ਵੈ, ਤੁਹਾਡੇ ਬੈਂਡ ਸਕੋਰ ਬਹੁਤ ਜਲਦੀ ਇੰਪਰੂਵ ਹੁੰਦੇ ਆ। ਓਕੇ ਜੀ, ਹੁਣ ਆਪਾਂ ਕਰਦੇ ਹਾਂ BP1 ਕਮੈਂਸਿੰਗ ਵਿਦ, ਆਪਾਂ ਸਟਾਰਟਿੰਗ ਕਰ ਦਿੱਤੀ ਜੀਰਨ ਤੋਂ। ਕੋਸਮੈਟਿਕ ਜਿਹੜੀ ਸਰਜਰੀ ਹੈਗੀ ਹੈ ਹੈਜ਼ ਬਿਕਮ ਵੈਲ ਨੋਨ, ਇਹ ਤਾਂ ਵੈਲ ਨੋਨ ਮਤਲਬ ਬਹੁਤ ਜ਼ਿਆਦਾ ਪਾਪੂਲਰ ਹੋ ਚੁੱਕੀ ਹੈ, ਕਿਉਂਕਿ ਕੁਝ ਲੋਕ ਲਾਈਕ ਨਹੀਂ ਕਰਦੇ ਆਪਣੀ ਨੈਚੁਰਲ ਬਿਊਟੀ, ਐਂਡ ਮੈਨੀ ਇੰਡੀਵਿਜੁਅਲ ਸਟਾਰਟ ਕਰ ਦਿੰਦੇ ਆ ਫੀਲ ਕਰਨਾ ਬੋਰਿੰਗ ਟੂ ਸੀ ਦੇਅਰ ਸੇਮ ਫੇਸ, ਆਪਣਾ ਰੋਜ਼ਾਨਾ ਉਹੀ ਫੇਸ ਦੇਖ ਦੇਖ ਕੇ ਔਨ ਡੇਲੀ ਬੇਸਿਸ। ਦੈਟਸ ਵਾਈ ਇਸੇ ਕਰਕੇ ਉਹ ਸਿਲੈਕਟ ਕਰਦੇ ਆ ਆਪਸ਼ਨ ਕੋਸਮੈਟਿਕ ਸਰਜਰੀ ਦਾ ਆਪਣੇ ਲਈ, ਸੋ ਦੈਟ ਤਾਂ ਕਿ ਦੇ ਕੈਨ ਇੰਕਰੀਜ਼ ਦੇਅਰ ਬਿਊਟੀ, ਤਾਂ ਕਿ ਉਹ ਆਪਣੀ ਬਿਊਟੀ ਨੂੰ ਇੰਕਰੀਜ਼ ਕਰ ਸਕਣ ਐਂਡ ਲੁੱਕ ਮੋਰ ਬਿਊਟੀਫੁਲ ਅਤੇ ਜ਼ਿਆਦਾ ਸੋਹਣੇ ਦਿਖ ਸਕਣ ਰੈਦਰ ਦੈਨ ਅਦਰਸ। ਇਨ ਐਡੀਸ਼ਨ, ਇਸ ਤੋਂ ਇਲਾਵਾ ਜਿਹੜੀਆਂ ਸੈਵਰਲ ਕੋਸਮੈਟਿਕ ਕੰਪਨੀਜ਼ ਹੁੰਦੀਆਂ ਨਾ, ਉਹ ਵੀ ਐਡਵਰਟੀਜ਼ਮੈਂਟ ਦੇ ਦਿੰਦੀਆਂ ਮੈਂ ਆਪਣੇ ਬ੍ਰਾਂਡਸ ਦੀਆਂ ਔਨ ਡੇਲੀ ਬੇਸਿਸ, ਅਤੇ ਹਿਊਜ ਡਿਸਕਾਊਂਟ ਵੀ ਦਿੰਦੀਆਂ ਮੈਂ, ਵਿਚ ਇਜ਼ ਦਾ ਮੈਥਡ, ਇਹੀ ਇੱਕ ਤਰੀਕਾ ਵੈ ਪਬਲਿਕ ਨੂੰ ਅਟਰੈਕਟ ਕਰਨ ਦਾ, ਸਪੈਸ਼ਲੀ ਕਿਹਨਾਂ ਨੂੰ, ਫੀਮੇਲਸ ਨੂੰ, ਅਤੇ ਫੀਮੇਲਸ ਹਮੇਸ਼ਾ ਰੈਡੀ ਰਹਿੰਦੀਆਂ ਮੈਂ ਲੁੱਕ ਮੋਰ ਬਿਊਟੀਫੁਲ ਐਜ਼ ਕੰਪੇਅਰ ਟੂ ਅਦਰਸ, ਹੈਂਸ ਦੇਰ ਆਰ ਨਿਊਮਰਸ ਕੋਜ਼ਿਸ ਮਤਲਬ ਰੀਜ਼ਨਸ ਟੂ ਚੇਂਜ ਦਾ ਅਪੀਅਰੈਂਸ। BP2 ਜਿਹਦੇ ਵਿੱਚ ਆਪਾਂ ਇਹ ਦੱਸਾਂਗੇ ਨੈਗੇਟਿਵ ਡਿਵੈਲਪਮੈਂਟ, ਹਾਊਐਵਰ ਐਸਥੈਟਿਕ ਮਤਲਬ ਕੋਸਮੈਟਿਕ ਸਰਜਰੀ, ਠੀਕ ਹੈ, ਜਿਹੜੀ ਆਰਟੀਫਿਸ਼ੀਅਲ ਸਰਜਰੀ, ਇਹਦੇ ਵੇਰੀਅਸ ਡਰੋਬੈਕਸ ਹੈ। ਦੀ ਸਰਜਰੀ ਹੈ, ਦਿਸ ਸਰਜਰੀ ਸ਼ੁੱਡ ਨੋਟ ਬੀ ਇਨਕਰੇਜਡ, ਇਸ ਸਰਜਰੀ ਨੂੰ ਇਨਕਰੇਜ ਨਹੀਂ ਕੀਤਾ ਜਾਣਾ ਚਾਹੀਦਾ। ਫਸਟ ਐਂਡ ਦੀ ਫੋਰਮੋਸਟ ਇਜ਼ ਇਟ ਇਜ਼ ਹਾਰਮਫੁਲ, ਇਹ ਹਾਰਮਫੁਲ ਹੈ। ਰੀਜ਼ਨ ਇਹਦਾ ਇਹ ਹੈਗਾ ਵੈ ਪੀਪਲ ਕੋਂਟੈਕਟ ਵਿੱਚ ਆਉਂਦੇ ਆ ਡਿਸਟਿੰਕ ਟਾਈਪਸ ਆਫ ਡਿਸੀਜ਼ਿਸ ਲਾਈਕ ਸਕਿਨ ਐਲਰਜੀ, ਕੈਂਸਰ, ਈਵਨ ਲੀਡਸ ਟੂ ਡੈਥ।
ਫੋਰ ਇੰਸਟੈਂਸ ਯੂ ਨੋ ਰੀਸੈਂਟ ਰਿਸਰਚ ਬਾਈ ਵਰਲਡ ਹੈਲਥ ਔਰਗਨਾਈਜੇਸ਼ਨ ਜਿਹੜੀ ਇਗਜ਼ਾਮਪਲ ਹੁੰਦੀ ਹੈ ਉਹਦੇ ਵਿੱਚ ਤੁਸੀਂ ਕਦੇ ਵੀ ਸਾਲ ਐਡ ਨਾ ਕਰੋ ਨਾ ਹੀ ਪਰਸੈਂਟੇਜ ਮਤਲਬ ਨੂਮੈਰੀਕਲ ਡਾਟਾ ਤੁਸੀਂ ਐਡ ਨਹੀਂ ਕਰਨਾ ਫੋਰ ਇੰਸਟੈਂਸ ਇਨ ਰੀਸੈਂਟ ਰਿਸਰਚ ਬਾਈ ਵਰਲਡ ਹੈਲਥ ਔਰਗਨਾਈਜੇਸ਼ਨ ਦੈਟ ਅਨਕਾਊਂਟੇਬਲ ਵਿਮੈਨ ਹੈ ਡਾਈਡ ਹੋ ਗਈਆਂ ਇਨ ਚਾਈਨਾ ਐਂਡ ਜਪਾਨ ਜਸਟ ਬਿਕੋਜ ਆਫ ਕੋਸਮੈਟਿਕ ਸਰਜਰੀ ਲਾਸਟ ਬਟ ਨੋਟ ਲੀਸਟ ਕੀ ਹੈਗੀ ਇਹਦਾ ਡੀਮੈਰਿਟ ਕਿ ਐਕਸਪੈਂਸਿਵ ਹੁੰਦੀ ਹੈ ਵੈਲਥੀ ਪੀਪਲ ਈਜ਼ੀਲੀ ਅਫੋਰਡ ਕਰ ਲੈਂਦੇ ਆ ਠੀਕ ਹੈ ਬਟ ਜਿਹੜੀ ਮੀਡੀਅਮ ਕਲਾਸ ਇੰਡੀਵਿਜੁਅਲਸ ਹੈ ਉਹ ਕਾਪੀ ਕਰਦੇ ਉਹਨਾਂ ਨੂੰ ਮਤਲਬ ਨਕਲ ਉਹਨਾਂ ਦੀ ਕਰਨ ਦੀ ਐਂਡ ਈਜ਼ੀਲੀ ਸਪੈਂਡ ਕਰ ਦਿੰਦੇ ਆਪਣੀਆਂ ਸੇਵਿੰਗਸ ਜਿਹੜੀ ਉਹਨਾਂ ਦੇ ਲਈ ਗੁੱਡ ਨਹੀਂ ਹੈਗਾ ਓਕੇ ਜੀ ਹੁਣ ਆਪਾਂ ਸਟਾਰਟ ਕਰਨ ਲੱਗੇ ਹਾਂ ਕੰਕਲੂਜ਼ਨ ਆਲਦੋ ਭਾਵੇਂ ਮਲਟੀਫੇਰੀਅਸ ਪਰਸਨ ਮਲਟੀਫੇਰੀਅਸ ਮਤਲਬ ਬਹੁਤ ਜ਼ਿਆਦਾ ਪਰਸਨ ਜਿਹੜੇ ਹੈਗੇ ਆ ਸਰਜਰੀ ਕਰਵਾਉਂਦੇ ਆ ਫੋਰ ਇਨਕਰੀਜ਼ਿੰਗ ਬਿਊਟੀ ਆਪਣੀ ਬਿਊਟੀ ਨੂੰ ਵਧਾਉਣ ਦੇ ਲਈ ਬਟ ਇਹ ਰਾਈਟ ਨਹੀਂ ਹੈਗਾ ਬਟ ਕਿਹਨੂੰ ਕਿਹਾ ਵੈ ਕੌਮੇ ਨੂੰ ਦੇਅਰਫੋਰ ਇਸ ਕਰਕੇ ਹਰ ਇੱਕ ਪਰਸਨ ਨੂੰ ਹੈਪੀ ਰਹਿਣਾ ਚਾਹੀਦਾ ਵੈ ਆਪਣੀ ਗੋਡ ਗਿਫਟਡ ਬਿਊਟੀ ਦੇ ਨਾਲ ਤਾਂ ਕਿ ਦੇ ਕੈਨ ਬਿਕਮ ਤਾਂ ਕਿ ਉਹ ਸੇਫ ਵੀ ਰਹਿ ਸਕਣ ਆਪਣੀ ਜ਼ਿੰਦਗੀ ਦੇ ਵਿੱਚ ਅਤੇ ਉਹਨਾਂ ਤੋਂ ਅਤੇ ਉਹ ਦੂਰ ਵੀ ਰਹਿ ਸਕਣ ਬਿਮਾਰੀਆਂ ਤੋਂ ਅਤੇ ਫਾਈਨੈਂਸ਼ੀਅਲ ਬਰਡਨ ਤੋਂ ਠੀਕ ਹੈ ਜੀ ਓਕੇ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਹਾਂ ਟਾਸਕ 2 GT ਦਾ ਪਲੱਸ ਟਾਸਕ 1 ਅਕੈਡਮਿਕ ਦਾ ਜਿਹੜੀ ਰੀਡਿੰਗ ਆਈ ਸੀ ਉਹਦਾ ਨੇਮ ਇਹ ਸੀ ਇਹ ਕੱਲ੍ਹ ਰੀਡਿੰਗ ਅਪਲੋਡ ਹੋ ਜਾਣੀ ਹੈ ਸ਼ਾਮ ਨੂੰ 6 ਵਜੇ ਠੀਕ ਹੈ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੁਸੀਂ ਔਨਲਾਈਨ ਕਲਾਸਿਸ ਵੀ ਸਟਾਰਟ ਕਰ ਸਕਦੇ ਹੋ ਕਿਸੇ ਵੀ ਸਿੰਗਲ ਮੋਡਿਊਲ ਦੀਆਂ ਰੀਡਿੰਗ ਰਾਈਟਿੰਗ ਐਂਡ ਸਪੀਕਿੰਗ ਔਨ ਗਿਵਨ ਵਟਸਐਪ ਨੰਬਰ 'ਤੇ ਕੋਂਟੈਕਟ ਕਰ ਲਓ ਫੀਸ ਵਗੈਰਾ ਪੁੱਛ ਕੇ ਟਾਈਮ ਵਗੈਰਾ ਪੁੱਛ ਕੇ ਤੁਸੀਂ ਆਪਣਾ ਬੈਚ ਸਟਾਰਟ ਕਰ ਸਕਦੇ ਹੋ ਠੀਕ ਹੈ ਕਿਉਂਕਿ ਬੈਚ ਦੇ ਵਿੱਚ ਹੁਣ ਮੈਂ ਕੀ ਹੈ ਸਾਰਾ ਕੁਛ ਆਪ ਕਰਵਾਉਣਾ ਸਟਾਰਟ ਕੀਤਾ ਵੈ ਮਤਲਬ ਕਿ ਹਰ ਇੱਕ ਚੀਜ਼ ਡਿਟੇਲ ਦੇ ਵਿੱਚ ਕਰਵਾਈ ਜਾ ਰਹੀ ਹੈ ਤੁਸੀਂ ਆਪਣੀ ਆਇਲਸ ਜਲਦੀ ਤੋਂ ਜਲਦੀ ਕਲੀਅਰ ਕਰਕੇ ਆਪਣਾ ਇਗਜ਼ਾਮ ਫਿਲ ਕਰ ਸਕਦੇ ਹੋ ਠੀਕ ਹੈ ਕਿਉਂਕਿ ਹਰ ਇੱਕ ਚੀਜ਼ ਡਿਟੇਲ ਦੇ ਵਿੱਚ ਕਰਵਾਈ ਜਾਂਦੀ ਹੈ ਜੋ ਸਪੀਕਿੰਗ ਹੁੰਦੀ ਹੈ ਉਹ ਇਕੱਲੇ ਇਕੱਲੇ ਦੀ ਹੁੰਦੀ ਹੈ ਟਾਸਕ 1 ਕੀ ਆਇਆ ਸੀ ਗ੍ਰਾਫ ਅਤੇ ਚਾਰਟ ਦਾ ਕੰਬੀਨੇਸ਼ਨ ਆਇਆ ਸੀ ਔਨ ਦਾ ਐਵਰੇਜ ਡੇਲੀ ਮੈਕਸੀਮਮ ਐਂਡ ਮਿਨੀਮਮ ਟੈਂਪਰੇਚਰ ਈਵਨ ਕਿ ਇਹ ਵਾਲਾ ਟਾਸਕ 1 ਮੇਰੀ ਕਲਾਸ ਦੇ ਵਿੱਚ ਕਰਵਾਇਆ ਹੋਇਆ ਸੀ ਐਵਰੇਜ ਡੇਲੀ ਮੈਕਸੀਮਮ ਐਂਡ ਮਿਨੀਮਮ ਟੈਂਪਰੇਚਰ ਇਨ ਡਿਗਰੀ ਸੈਲਸੀਅਸ ਐਂਡ ਦਾ ਐਵਰੇਜ ਨੰਬਰ ਆਫ ਡੇਜ਼ ਵਿਦ ਰੇਨਫੋਲ ਈਚ ਮੰਥ ਫੋਰ 2 ਆਸਟ੍ਰੇਲੀਅਨ ਸਿਟੀਜ਼ ਮੈਨੂੰ ਯਾਦ ਨਹੀਂ ਹੈ ਮੈਂ ਇਸ ਸਾਲ ਕਰਵਾਇਆ ਸੀ ਜਾਂ ਲਾਸਟ ਸਾਲ ਕਰਵਾਇਆ ਸੀ ਬਟ ਇਹ ਯਾਦ ਸ਼ੋਰ ਹੈ ਕਿ ਮੈਂ ਕਰਵਾਇਆ ਹੋਇਆ ਸੀ GT ਸਟੂਡੈਂਟਸ ਦਾ ਟਾਸਕ 2 ਕੀ ਆਇਆ ਸੀ ਕੁਛ ਲੋਕ ਇਹ ਕਹਿੰਦੇ ਆ ਕਿ ਡੇਂਜਰਸ ਐਕਸਟ੍ਰੀਮ ਸਪੋਰਟਸ ਸੱਚ ਐਸ ਰੋਕ ਕਲਾਈਮਬਿੰਗ ਐਂਡ ਸਕਾਈ ਡਾਈਵਿੰਗ ਇਹਨੂੰ ਬੈਨ ਕਰ ਦੇਣਾ ਚਾਹੀਦਾ ਵੈ ਕੰਪਲੀਟਲੀ ਟੂ ਵਟ ਐਕਸਟੈਂਟ ਕਿ ਤੁਸੀਂ ਇਸ ਸਟੇਟਮੈਂਟ ਦੇ ਨਾਲ ਐਗਰੀ ਹੋ ਐਂਡ ਡਿਸਐਗਰੀ GT ਸਟੂਡੈਂਟਸ ਟਾਸਕ 2 ਜ਼ਰੂਰ ਟਰਾਈ ਕਰਨਾ ਕਮੈਂਟ ਬੋਕਸ ਦੇ ਵਿੱਚ ਇੰਟਰੋ ਤੁਸੀਂ ਕਮੈਂ BP1 ਲਿਖ ਕੇ ਮੈਨੂੰ ਦੱਸ ਸਕਦੇ ਹੋ ਵੇਅਰ ਆਈ ਵਿਲ ਚੈੱਕ ਐਂਡ ਆਈ ਵਿਲ ਗਿਵ ਯੂ ਰਿਸਪੋਂਸ ਕੰਟੈਕਟ ਕਰ ਸਕਦੇ ਹੋ ਫੋਰ ਔਨਲਾਈਨ ਕਲਾਸਿਸ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਬੋਕਸ ਵਿੱਚ ਜ਼ਰੂਰ ਦੱਸਿਓ ਬਟ ਡੋਂਟ ਫੋਰਗੇਟ ਟੂ ਸ਼ੇਅਰ ਸਬਸਕ੍ਰਾਈਬ ਐਂਡ ਲਾਈਕ ਦਿਸ ਵੀਡੀਓ ਕੱਲ੍ਹ ਤੁਹਾਨੂੰ ਇਸੇ ਰੀਡਿੰਗ ਦਾ ਕੰਪਲੀਟ ਐਕਸਪਲੇਨੇਸ਼ਨ ਮਿਲੇਗੀ ਸ਼ਾਮ ਨੂੰ 6 ਵਜੇ